ਪੰਜਾਬ ਵਿੱਚ ਜੁਰਮ ਇਸ ਕਦਰ ਵੱਧ ਚੁੱਕਿਆ ਕਿ ਕਤਲ ਜਿਹੀਆਂ ਘਟਨਾਵਾਂ ਤਾਂ ਆਮ ਹੀ ਹੋ ਗਈਆਂ ਹਨ। ਖਬਰ ਹੈ ਬਠਿੰਡਾ ਦੀ, ਜਿੱਥੇ ਬੀਤੇ ਦਿਨੀ ਇੱਕ ਸਿਰਕੱਟੀ ਲਾਸ਼ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਸੀ। ਬਠਿੰਡਾ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਸਾਹਮਣੇ ਕਤਲ ਕੇਸ ਦੀ ਗੁੱਥੀ ਨੂੰ ਮਹਿਜ਼ ਕੁਝ ਦਿਨਾਂ ਵਿੱਚ ਹੀ ਹੱਲ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਬਠਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਕਾਬੂ ਕਰਦਿਆਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨੂੰ ਹੱਲ ਕਰਨ ਤੋਂ ਬਾਅਦ ਰੱਖੀ ਗਈ ਪ੍ਰੈਸ ਕਾਨਫਰੰਸ ਦੌਰਾਨ SSP ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਦੁਆਰਾ ਸੂਹੀਆ ਕੁੱਤਿਆਂ ਦੀ ਮਦਦ ਨਾਲ ਕਾਤਲਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਹੁਣ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ 2 ਮਰਦ ਅਤੇ 1 ਔਰਤ ਵੀ ਸ਼ਾਮਲ ਹੈ, ਅਤੇ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ। ਫਿਲਹਾਲ ਪੁਲਿਸ ਇਹਨਾਂ ਤੋਂ ਹੋਰ ਪੁੱਛਗਿੱਛ ਵੀ ਕਰ ਰਹੀ ਹੈ ਤੇ ਪੁਲਿਸ ਨੂੰ ਉਮੀਦ ਹੈ ਕਿ ਹੋਰ ਵੀ ਗੁਨਾਹ ਕਬੂਲ ਹੋ ਸਕਦੇ ਹਨ। ਮੈਂ ਚਾਹੂੰਗਾ ਕਿਉਂਕਿ DSP ਸਾਹਿਬ ਜ਼ਿਲ੍ਹਾ ਵੱਲੋਂ ਲੀਡ ਕਰ ਰਹੇ ਸੀ, ਇਹ ਤੁਹਾਨੂੰ ਬਰੀਫ ਕਰਨ ਇਹਨਾਂ ਨੇ ਕਿਵੇਂ ਅਚੀਵ ਕੀਤੀ ਬ੍ਰੇਕ ਥਰੂ GRP ਦੇ ਨਾਲ ਰਲ ਕੇ। ਬਿਕੋਜ਼ ਇਹ ਕਲਾਸੀਕਲ ਐਗਜ਼ਾਮਪਲ ਹੈ ਜਿੱਥੇ 2 ਅਲੱਗ ਅਲੱਗ ਵਿੰਗ ਨੇ ਪੰਜਾਬ ਪੁਲਿਸ ਦੇ, ਇੱਕ GRP ਅਤੇ ਇੱਕ ਜ਼ਿਲ੍ਹਾ ਪੁਲਿਸ, ਇਹੋ ਜਿਹੀ ਕੋਪਰੇਸ਼ਨ ਵੇਖਣ ਨੂੰ ਮਿਲੀ ਹੈ। ਸੋ ਆਈ ਵਿਲ ਰਿਕੁਐਸਟ DSP ਕਿ ਉਹ ਬਰੀਫ ਕਰਨ ਦਾ ਦੋ ਵਿੱਚ। ਜਿਹੜਾ ਮਰਡਰ ਹੋਇਆ ਸੀ ਬਹੁਤ ਹੀ ਬਰੂਟਲ ਮਰਡਰ ਹੋਇਆ ਸੀ, ਉਹਦੇ ਵਿੱਚ ਅਸੀਂ GRP ਅਤੇ ਜ਼ਿਲ੍ਹਾ ਪੁਲਿਸ ਨੇ ਰਲ ਕੇ ਉਹਦੇ ਤਫਤੀਸ਼ ਕੀਤੀ, ਅਤੇ ਉਹਦੇ ਵਿੱਚ ਅਸੀਂ 3 ਦੋਸ਼ੀਆਂ ਨੂੰ ਅੱਜ ਗ੍ਰਿਫਤਾਰ ਕੀਤਾ, ਜਿਨ੍ਹਾਂ ਦਾ ਨਾਮ ਹੈ ਸੁਖਵਿੰਦਰ ਸਿੰਘ ਉਰਫ ਸੁੱਖਾ, ਪੂਨਮ ਉਰਫ ਪੂਜਾ ਅਤੇ ਮਨਪ੍ਰੀਤ ਉਰਫ ਮੀਤ। ਇਹ 3 ਦੋਸ਼ੀ ਆਰਕੈਸਟਰਾ ਦਾ ਕੰਮ ਕਰਦੇ ਸੀਗੇ, ਅਤੇ ਜਿਹੜੀ ਉਹ ਲੜਕੀ ਜਿਹੜੀ ਉਹ ਕੁੜੀ ਜਿਹੜੀ ਵਿਕਟਿਮ ਸੀਗੀ ਉਹ ਵੀ ਇਹਨਾਂ ਨਾਲ ਆਰਕੈਸਟਰਾ ਦਾ ਹੀ ਕੰਮ ਕਰਦੀ ਸੀਗੀ। ਪਰ ਪ੍ਰੋਬਲਮ ਇਹ ਸੀਗੀ ਜਿਹੜੀ ਇਹ 3 ਜਾਣੇ ਸੀਗੇ ਉਹਨੂੰ ਉਹਦੀ ਕਮਾਈ ਦੇਣੀ ਬੰਦ ਕਰ ਗਏ ਸੀ ਹੁਣ ਆਰਕੈਸਟਰਾ ਦੀ, ਅਤੇ ਉਹਨੂੰ ਇਹ ਕਹਿ ਰਹੇ ਸੀਗੇ ਵੀ ਆਰਕੈਸਟਰਾ ਦੀ ਕਮਾਈ ਵੀ ਕਰ, ਆਰਕੈਸਟਰਾ ਦਾ ਕੰਮ ਵੀ ਕਰ, ਪਰ ਤੈਨੂੰ ਕਮਾਈ ਨਹੀਂ ਦੇਵਾਂਗੇ। ਇਸੇ ਗੱਲ ਤੋਂ ਉਹਨਾਂ ਦਾ 15/4/19 ਨੂੰ ਰਾਤ ਨੂੰ 2019 ਨੂੰ ਇਹਨਾਂ ਨੇ ਉਹਨੂੰ ਸ਼ਰਾਬ ਪਿਆਈ ਕੁੜੀ ਨੂੰ, ਉਸ ਤੋਂ ਬਾਅਦ ਇਹਨੂੰ ਉੱਥੇ ਜਾ ਕੇ ਲਿਜਾ ਕੇ ਸੂਏ ਦੇ ਕੰਢੇ ਉਹਦਾ ਮਰਡਰ ਕਰਤਾ, ਅਤੇ ਸਬੂਤਾਂ ਨੂੰ ਮਿਟਾਉਣ ਵਾਸਤੇ ਉਹਦਾ ਜਿਹੜਾ ਹੈੱਡ ਸੀਗਾ ਉਹ ਉਸ ਤੋਂ ਤਕਰੀਬਨ 1.25 ਕਿਲੋਮੀਟਰ ਅੱਗੇ ਸਿੱਟਿਆ ਉਹ ਵੀ ਸੂਏ ਦੇ ਵਿੱਚ ਹੀ ਸੀਗਾ। ਅਤੇ ਇਹਦੇ ਵਿੱਚ ਅਸੀਂ ਇੱਕ ਵੈਪਨ ਰਿਕਵਰ ਕੀਤਾ ਅਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਜਿਹਦੇ 'ਤੇ ਉਹ ਬਿਠਾ ਕੇ ਉਸ ਲੜਕੀ ਨੂੰ ਉੱਥੇ ਗਏ ਸੀਗੇ, ਜਿੱਥੇ ਜਾ ਕੇ ਉਹਨੂੰ ਉਹਦਾ ਹੈੱਡ ਅਲੱਗ ਕਰਤਾ ਉਹਦੀ ਬੋਡੀ। ਸਰ ਇੱਕ ਬਾਈਕ 'ਤੇ ਚੜ੍ਹਨੇ ਗਏ ਸੀ? ਨਹੀਂ, ਇਹ ਜਿਹੜੀ ਬਾਈਕ 'ਤੇ ਗਏ ਸੀ ਉਹ 2 ਜਣੇ ਗਏ ਸੀ, ਜਿਹੜਾ ਮੀਤ ਅਤੇ ਸੁੱਖਾ, ਇਹ 2 ਬੰਦੇ ਗਏ ਸੀ। ਮੀਤ ਅਤੇ ਸੁੱਖਾ ਜੋ ਹਜੇ ਤੱਕ ਇਨਵੈਸਟੀਗੇਸ਼ਨ 'ਚ ਆਇਆ, ਇਹ 2 ਬੰਦੇ ਗਏ ਸੀ ਅਤੇ ਵਿੱਚ ਕੁੜੀ ਨੂੰ ਬਿਠਾ ਕੇ ਲੈ ਗਏ ਸੀ। ਬਟ ਜਿਹੜੀ ਕੁੜੀ ਹੈ ਪੂਜਾ, ਉਹਨੇ ਨਾਲ ਇੰਸਟੀਗੇਟ ਕੀਤਾ ਸੀ ਕਿ ਇਹ ਸਾਨੂੰ ਸਪੋਰਟ ਨਹੀਂ ਕਰਦੀ, ਸਾਨੂੰ ਕੋਪਰੇਟ ਨਹੀਂ ਕਰਦੀ ਅਤੇ ਅਸੀਂ ਇਹਨੂੰ ਖਰਚਾ ਨਹੀਂ ਦੇਣਾ, ਬਟ ਇਹ ਸਾਡੇ ਨਾਲ ਰੋਜ਼ ਲੜਾਈ ਕਰਦੀ ਹੈ, ਇਸ ਕਰਕੇ ਅੱਜ ਇਹਦਾ ਕੰਮ ਕਰਾਓ। ਸੋ ਇਟ ਵਾਜ਼ ਹਰ ਪਲੈਨ ਜਿਹੜਾ ਇਹਨਾਂ ਨੇ ਐਗਜੀਕਿਊਟ ਕੀਤਾ। ਸੋ ਇਸ ਕਰਕੇ ਦੋਸ਼ ਇਹਨਾਂ ਦਾ ਬਰਾਬਰ ਕੀਤਾ। ਇਹ 2-2.5 ਸਾਲ ਤੋਂ ਇਹਨਾਂ ਕੋਲ ਰਹੇ, ਇਹ ਮੈਰਿਡ ਹੈ, ਮੈਰਿਡ ਹੈ। ਐਂਡ ਇੱਕ ਇਨਫੋਰਮੇਸ਼ਨ ਮੈਂ ਤੁਹਾਨੂੰ ਹੋਰ ਦੇਣੀ ਚਾਹੂੰਗਾ, ਕਿਉਂਕਿ ਕੱਲ੍ਹ ਸਾਡੇ ਕੋਲ ਥੋੜ੍ਹੀ ਇਨਕੰਪਲੀਟ ਇਨਫੋਰਮੇਸ਼ਨ ਸੀ। ਇਹਦੀ ਉਮਰ 19-20 ਸਾਲ ਦੇ ਵਿੱਚ, ਜੋ ਇਹਦੀ ਮਦਰ ਨੇ ਸਾਨੂੰ ਦੱਸਿਆ। ਬਠਿੰਡੇ ਦੀ ਲੋਕਲ ਸ਼ਹਿਰ ਨਹੀਂ, ਕੋਈ ਜਿਸਮ ਫਰੋਸ਼ੀ ਕੋਈ ਦੇਖੋ, ਮਦਰ ਅਤੇ ਫਾਦਰ ਨੇ ਕੀ ਐਲੀਗੇਸ਼ਨ ਲਾਇਆ ਉਹਦੇ ਬਾਰੇ ਮੈਂ ਨਹੀਂ ਦੱਸ ਸਕਦਾ, ਬਟ ਜੋ ਸਾਡੀ ਤਫਤੀਸ਼ 'ਚ ਅਜੇ ਤੱਕ ਆਇਆ ਉਹਦੇ 'ਚ ਇਹੋ ਜਿਹੀ ਕੋਈ ਗੱਲ ਨਹੀਂ ਆਈ ਕਿ ਜਿਸਮ ਫਰੋਸ਼ੀ ਵਾਲਾ ਕੋਈ ਕੰਮ ਕਰਵਾ। ਸਟਾਰ ਕੈਨੇਡਾ TV ਲਈ ਨਿਊਜ਼ ਡੈਸਕ ਤੋਂ ਹਰਿੰਦਰ ਟਿਵਾਣਾ ਦੇ ਨਾਲ ਬਠਿੰਡਾ ਤੋਂ ਅਵਤਾਰ ਸਿੰਘ ਕੈਂਥ ਦੀ ਰਿਪੋਰਟ।